ਅਤੇ ਆਪਸ ਵਿੱਚ ਪਿਆਰ ਰੱਖੋ, ਜ਼ਿੰਦਗੀ ਛੋਟੀ ਜੀ ਹੈ, ਇਹ ਜੀਣ ਤੋਂ ਬਿਨਾਂ ਹੋਰ ਕਿਸੇ ਕੰਮ ਨਹੀਂ ਆਉਂਦੀ। ਜ਼ਿੰਦਗੀ ਜੀਣ ਤੋਂ ਬਿਨਾਂ ਹੋਰ ਕਿਸੇ ਕੰਮ ਆਉਂਦੀ ਨਹੀਂ, ਜੇ ਆਉਂਦੀ ਹੈ ਤਾਂ ਦੱਸੋ, ਇਹ ਜੀਣ ਦੇ ਕੰਮ ਹੀ ਆਉਂਦੀ ਹੈ। ਇਹਨੂੰ ਜੀਓ, ਖੁਸ਼ ਹੋ ਕੇ ਜੀਓ, ਆਪਸ ਵਿੱਚ ਪਿਆਰ ਰੱਖੋ, ਅੰਡਰਸਟੈਂਡਿੰਗ ਰੱਖੋ, ਬਰਦਾਸ਼ਤ ਕਰਨ ਦੀ ਆਦਤ ਪਾਓ, ਸਹਿਨਸ਼ੀਲਤਾ ਵਧਾਓ। ਮਾੜੀ ਜੀ ਸਹਿਨਸ਼ੀਲਤਾ ਹੈ ਨਹੀਂ, ਕਾਹਲੇ ਪੈ ਜਾਂਦੇ ਹਾਂ, ਵਿਆਹ ਹੁੰਦੇ ਪ ਮਗਰੋਂ ਨੇ ਟੁੱਟ ਅੱਜ ਕੱਲ੍ਹ ਪਹਿਲਾਂ ਜਾਂਦੇ ਆ, ਝਗੜੇ ਬਹੁਤ ਹੋ ਰਹੇ ਆ। ਪਿਛਲੇ ਜੇ ਪਿੱਛੇ ਜੇ ਬੀਬੀ ਆਈ ਕਹਿੰਦੀ ਭਾਈ ਸਾਹਿਬ ਅੱਜ ਅੰਮ੍ਰਿਤ ਸੰਚਾਰ ਹੋਏਗਾ, ਮੈਂ ਕਿਹਾ ਜੀ ਹੋਏਗਾ, ਛਕਣਾ ਹੈ? ਹਾਂਜੀ ਛਕਣਾ ਹੈ। ਮੈਂ ਕਿਹਾ ਬੀਬੀ ਤੂੰ ਕਿਉਂ ਛਕਣਾ? ਕਹਿੰਦੀ ਗਲਤੀ ਹੋ ਗਈ। ਮੈਂ ਕਿਹਾ ਕੀ ਹੋ ਗਈ? ਕਹਿੰਦੀ ਘਰ ਨਾਲ ਲੜ ਕੇ ਪੈੱਗ ਲਾ ਲਿਆ। ਕਹਿੰਦੀ ਮੈਂ ਮੈਂ ਉਹਦੇ ਮੂੰਹ ਵੱਲ ਵੇਖਾਂ, ਮੈਂ ਅੱਛਾ, ਮੈਂ ਪਹਿਲਾਂ ਤਾਂ ਚੰਗੀ ਤਰ੍ਹਾਂ ਬੀਬੀ ਨੂੰ ਵੇਖਿਆ ਵੀ ਅੱਛਾ ਇਹਨੇ ਲਾਇਆ ਪੈੱਗ। ਪਹਿਲਾਂ ਮੈਂ ਗੌਰ ਜੀ ਨਹੀਂ ਕੀਤੀ ਜਦੋਂ ਕਹਿੰਦੀ, ਕਹਿੰਦੀ ਮੈਂ ਲੜ ਪਈ, ਫਿਰ ਕਹਿੰਦੀ ਸਾਡਾ ਪੂਰਾ ਕਲੇਸ਼ ਪੈ ਗਿਆ। ਮੈਂ ਕਿਹਾ ਫਿਰ ਹੋ ਕੀ ਗਿਆ? ਕਹਿੰਦੀ ਬਸ ਮੈਂ ਪੈੱਗ ਲਾ ਲਿਆ। ਮੈਂ ਕਹਿੰਦੀ ਮੈਂ ਫਿਰ ਮੈਂ ਦੁਬਾਰਾ ਅੰਮ੍ਰਿਤ ਛਕਣਾ ਪਊ? ਮੈਂ ਕਿਹਾ ਹੁਣ ਤਾਂ ਛਕਣਾ ਹੀ ਪਊ, ਜੇ ਸ਼ਰਾਬ ਹੀ ਪੀਤੀ ਗਈ ਫਿਰ ਤਾਂ ਛਕੇਗੀ ਦੁਬਾਰਾ। ਆਹ ਤਾਂ ਹਾਲ ਹੋਇਆ ਪਿਆ ਸਾਡਾ, ਵੀ ਮਤਲਬ ਕੋਈ ਨਹਿਰ 'ਚ ਤੁਰਿਆ ਫਿਰਦਾ, ਮੈਂ ਨਹਿਰ 'ਚ ਛਾਲ ਮਾਰ ਜੂ। ਮੈਂ ਨਹਿਰ ਦੇ ਨੇੜੇ ਸਾਡੇ ਇੱਕ ਬੰਦੇ ਨੂੰ ਮੈਂ ਪਿੱਛੇ 'ਚ ਕਿਹਾ, ਮੈਂ ਕਿਹਾ ਨਹਿਰ ਦੇ ਨੇੜੇ ਘਰ ਸਸਤਾ ਮਿਲਦਾ, ਖਰੀਦ ਲੈ। ਕਹਿੰਦਾ ਘਰ 'ਤੇ ਖਰੀਦ ਨੂੰ ਘਰ ਵਾਲੀ ਰੋਜ਼ ਹੀ ਨਹਿਰ ਕੰਨੀ ਨੂੰ ਹੋ ਜਾਇਆ ਕਰੋ। ਕਹਿੰਦਾ ਮੈਂ ਤਾਂ ਇਸੇ ਕੰਮ 'ਚ ਹੀ ਰਹੂੰ ਵੀ ਉਹਨੂੰ ਹੀ ਛਡਾਉਂਦਾ ਰਹੇ, ਵੀ ਉਹ ਤਾਂ ਤੁਰੀ ਹੋਈ ਰਿਹਾ ਕਰੂ ਨਹਿਰ ਕੰਨੀ ਨੂੰ। ਕਹਿੰਦਾ ਮੈਨੂੰ ਤਾਂ ਖਤਰਾ ਪੈ ਜਾਣਾ, ਕਹਿੰਦਾ ਮੁੱਲ ਲੈ ਲੈਣੀ ਮੌਤ ਉੱਥੇ। ਉਹਨੇ ਰੋਜ਼ ਹੀ ਕਿਹਾ, ਕਹਿੰਦਾ ਮੈਂ ਚੱਲੀ ਨਹਿਰ 'ਚ, ਮੈਂ ਚੱਲੀ ਨਹਿਰ 'ਚ। ਮੈਂ ਕਿਹਾ ਠੰਡਾ ਪਾਣੀ ਬਹੁਤ ਹੈ ਇਲਾਕੇ ਦਾ, ਜਿਹੜਾ ਉਹ ਨਲਕਾ ਜਿਹੜਾ ਲੱਗਦਾ ਹੈ ਨਹਿਰ ਦੇ ਨੇੜੇ, ਠੰਡਾ ਪਾਣੀ ਬਹੁਤ ਹੁੰਦਾ। ਕਹਿੰਦੇ ਠੰਡੇ ਠੁੰਡੇ ਨੂੰ ਛੱਡੋ, ਉਹ ਜਿਹੜੀ ਤੱਤੀ ਮੇਰੇ ਨਾਲ ਰਹਿੰਦੀ ਹੈ ਨਾ, ਉਹਨੇ ਕਹਿੰਦੇ ਨਹਿਰ ਕੰਨੀ ਮੂੰਹ ਕਰ ਲਿਆ ਕਰਨਾ ਰੋਜ਼ ਹੀ, ਮੈਂ ਤਾਂ ਇਹਨਾਂ ਕੰਮਾਂ 'ਚ ਹੀ ਰਹੂੰ ਫਿਰ। ਸੋ ਮੈਂ ਤੁਹਾਨੂੰ ਇਹ ਕਹਿਣਾ ਵੀ ਥੋੜ੍ਹਾ ਜਿਹਾ ਪਿਆਰ ਰੱਖੋ, ਜ਼ਿੰਦਗੀ ਛੋਟੀ ਹੈ, ਲੰਘਦੀ ਤੁਰੀ ਜਾ ਰਹੀ ਹੈ, ਕੋਈ ਪਤਾ ਨਹੀਂ ਕਿਹੜੇ ਵੇਲੇ ਲੈ, ਪਤਾ ਹੈ ਕਿਹੜੇ ਵੇਲੇ ਭਾਣਾ ਵਰਤ ਜਾਣਾ ਹੁੰਦਾ, ਕਦੋਂ ਕਿਸੇ ਨੇ ਸਾਡੇ ਨਾਲ, ਅੱਜ ਸਾਡੇ ਨਾਲ ਬੈਠੇ, ਕੱਲ੍ਹ ਨੂੰ ਕਿੰਨੇ ਹੋਣਾ ਕਿੰਨੇ ਨਹੀਂ ਹੋਣਾ। ਹੁਣ ਆਪਾਂ ਇੱਥੇ ਬੈਠੇ ਹਾਂ, 2 ਮਹੀਨਿਆਂ ਬਾਅਦ ਆਈਏ ਬੈਠੀਏ, ਕੋਰੇ ਕਿਹੜਾ ਸਾਡੇ 'ਚੋਂ ਸਾਥ ਛੱਡ ਕੇ ਚਲੇ ਜਾਏ? ਆ ਹੁਣ ਕਿੰਨੇ ਹੀ ਵੇਖ ਲਏ ਆਪਾਂ, ਕਦੇ ਉਹ ਤੁਰ ਗਿਆ, ਕਦੇ ਉਹ ਤੁਰ ਗਿਆ, ਕਦੇ ਉਹ ਤੁਰ ਗਿਆ, ਕਦੇ ਉਹ ਤੁਰ ਗਿਆ, ਅਤੇ ਆਪਾਂ ਫਿਰ ਕਿਹੜੇ ਕਿੱਲੇ ਗੱਡ ਕੇ ਬੈਠੇ ਹਾਂ ਵੀ ਮੈਂ ਬੋਲਣਾ ਨਹੀਂ, ਮੈਂ ਬੁਲਾਉਣਾ ਨਹੀਂ, ਮੈਂ ਗੱਲ ਨਹੀਂ ਕਰਨੀ, ਆਪਾਂ ਸਾਰੀ ਜ਼ਿੰਦਗੀ ਨਹੀਂ ਬੋਲਣਾ। ਕਿਉਂ ਨਹੀਂ ਬੋਲਣਾ? ਜਿੰਨਾ ਰੁੱਸੇ ਰੱਸੇ ਸਭ ਨੂੰ ਮਨਾਓ, ਜਿਨ੍ਹਾਂ ਨਾਲ ਨਹੀਂ ਬਣਦੀ ਉਹਨਾਂ ਨਾਲ ਵੀ ਫਤਿਹ ਬੁਲਾਓ, ਫੋਨ ਕਰੋ, ਗਲਤੀ ਮੰਨ ਲਓ ਜੇ ਗਲਤੀ ਹੋਈ ਸੀ, ਉੱਚਾ ਬੋਲੇ ਸੀ ਮਾਫ਼ੀ ਮੰਗ ਲਓ, ਸ਼ਾਂਤ ਹੋ ਜਾਓਗੇ, ਸੋਹਣੀ ਨੀਂਦ ਸੌਵੋਗੇ ਤੁਸੀਂ। ਐਵੇਂ ਨਹੀਂ ਸਾਰੀ ਜ਼ਿੰਦਗੀ ਦੁਸ਼ਮਣੀਆਂ ਪਾਲ ਕੇ ਰੱਖੀ ਦੀਆਂ, ਦੁਸ਼ਮਣੀ ਦਾ ਭਾਵ ਨਹੀਂ ਜ਼ਿੰਦਗੀ 'ਚ ਰੱਖੀਦਾ। ਜ਼ਿੰਦਗੀ 'ਚ ਪਿਆਰ ਕਰਨਾ ਸਿੱਖੋ, ਪਿਆਰ ਦਾ ਭਾਵ ਹੋਣਾ ਬਹੁਤ ਜ਼ਰੂਰੀ ਹੈ। ਬਾਕੀ ਗੁਰੂ ਗੋਬਿੰਦ ਸਿੰਘ ਹੋਰ ਤੁਹਾਡੇ ਹਿਰਦੇ 'ਚ ਕੋਈ ਹੋਵੇ ਨਾ ਹੋਵੇ, ਕਲਗੀਆਂ ਵਾਲਾ ਤੁਹਾਡੇ ਹਿਰਦੇ ਵਿੱਚ ਜ਼ਰੂਰ ਚਾਹੀਦਾ। ਇੱਕ ਤਸਵੀਰ ਤੇਰੇ ਅੰਦਰ ਤੇਰੇ ਮਨ ਦੇਖਾਂ ਮਨ ਮੰਦਰ ਅੰਦਰ ਸਤਿਗੁਰ ਤਸਵੀਰ ਤੇਰੀ। ਹੋਰ ਕਿਸੇ ਦੀ ਤਸਵੀਰ ਤੇਰੇ ਮਨ ਵਿੱਚ ਵਸੇ ਨਾ ਵਸੇ, ਕਲਗੀਆਂ ਵਾਲਾ ਬਿਠਾ ਕੇ ਰੱਖ। ਬਮਾਰਾ ਮੇਰੇ ਸੱਚੇ ਪਾਤਸ਼ਾਹ ਗਲਗੀਆਂ ਵਾਲੇ, ਗੁਰੂ ਗ੍ਰੰਥ ਸਾਹਿਬ ਗੁਰਬਾਣੀ ਇੱਦਾਂ ਪਿਆਰ ਪਾ ਕੇ ਰੱਖੋ ਗੁਰਬਾਣੀ ਨਾਲ, ਜ਼ਿੰਦਗੀ ਸੋਹਣੀ ਲੰਘ ਜੂ, ਸੌਖੀ ਲੰਘ ਜੂ। ਬਾ ਬਾਕੀ ਠੀਕ ਹੈ, ਰਿਸ਼ਤੇ ਵੀ ਚੱਲੀ ਚੁੱਲੀ ਜਾਣੇ ਨੇ ਇੱਦਾਂ ਹੀ, ਪਰ ਬਸ ਆਪਣੇ ਆਪ ਨੂੰ ਕਾਇਮ ਰੱਖੀਦਾ ਹੁੰਦਾ।